ਅੱਜ ਦੀ ਸਾਖੀ ਵਿੱਚ ਅਸੀਂ ਗੱਲ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਨੇ ਕਿਸ ਤਰ੍ਹਾਂ ਪੰਡਿਤ ਬ੍ਰਹਮਦਾਸ ਜੀ ਦਾ ਅਹੰਕਾਰ ਤੋੜਿਆ। ਪੰਡਿਤ ਬ੍ਰਹਮਦਾਸ ਜੀ ਜਿਹਨੂੰ ਯੋਗਿਕ ਸ਼ਕਤੀਆਂ ਪ੍ਰਾਪਤ ਸੀ, ਜਦੋਂ ਉਹਨੂੰ ਗੁਰੂ ਨਾਨਕ ਦੇਵ ਜੀ ਦੇ ਆਉਣ ਦੀ ਖਬਰ ਮਿਲੀ ਤਾਂ ਉਹਨੇ ਸੋਚਿਆ ਕਿ ਕਿਉਂ ਨਾ ਉਹ ਆਪਣੇ ਕਾਲੀਨ ਤੇ ਉੜ ਕੇ ਗੁਰੂ ਜੀ ਨੂੰ ਮਿਲਣ ਜਾਵੇ। ਗੁਰੂ ਜੀ ਉਹਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਣਗੇ। ਜਦੋਂ ਪੰਡਿਤ ਉਸ ਜਗ੍ਹਾ ਤੇ ਪਹੁੰਚਿਆ ਤਾਂ ਉਹਨੇ ਵੇਖਿਆ ਕਿ ਉੱਥੇ ਲੋਕਾਂ ਦੀ ਬਹੁਤ ਬੜੀ ਭੀੜ ਹੈ, ਪਰ ਉਹਨੂੰ ਗੁਰੂ ਜੀ ਕਿਤੇ ਵੀ ਵਿਖਾਈ ਨਹੀਂ ਸੀ ਦੇ ਰਹੇ। ਤਦ ਉਹਨੇ ਲੋਕਾਂ ਕੋਲੋਂ ਪੁੱਛਿਆ ਕਿ ਗੁਰੂ ਜੀ ਕਿੱਥੇ ਹੈ, ਤਾਂ ਲੋਕਾਂ ਨੇ ਕਿਹਾ ਗੁਰੂ ਜੀ ਤੁਹਾਡੇ ਸਾਹਮਣੇ ਤੇ ਬੈਠੇ ਹੈ। ਤਾਂ ਪੰਡਿਤ ਹੋਰ ਹੈਰਾਨ ਹੋਇਆ, ਉਹਦੇ ਯੋਗਿਕ ਸ਼ਕਤੀਆਂ ਵੀ ਹੁਣ ਕੰਮ ਨਹੀਂ ਸੀ ਕਰ ਰਹੀਆਂ। ਹੁਣ ਉਹਨੂੰ ਆਪਣੇ ਡੇਰੇ ਪੈਦਲ ਹੀ ਜਾਣਾ ਪਿਆ। ਦੂਜੇ ਦਿਨ ਉਸ ਪੰਡਿਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਇਸ ਵਾਰ ਹੁਣ ਉਹ ਆਪਣੇ ਕਾਲੀਨ ਤੇ ਨਹੀਂ ਬਲਕਿ ਪੈਦਲ ਹੀ ਗੁਰੂ ਜੀ ਨੂੰ ਮਿਲਣ ਗਿਆ, ਤੇ ਹੁਣ ਉਹਨੂੰ ਗੁਰੂ ਜੀ ਦੇ ਦਰਸ਼ਨ ਵੀ ਹੋਏ। ਤਦ ਉਹਨੇ ਗੁਰੂ ਜੀ ਕੋਲੋਂ ਪੁੱਛਿਆ, ਗੁਰੂ ਜੀ ਮੈਂ ਕੱਲ ਵੀ ਤੁਹਾਡੇ ਦਰਸ਼ਨ ਕਰਨ ਆਇਆ ਸੀ, ਪਰ ਕੱਲ ਤੁਸੀਂ ਮੈਨੂੰ ਦਿਖਾਈ ਕਿਉਂ ਨਹੀਂ ਦੇ ਰਹੇ? ਤਦ ਗੁਰੂ ਜੀ ਨੇ ਕਿਹਾ, ਕੱਲ ਤੁਹਾਡੀਆਂ ਅੱਖਾਂ ਅਹੰਕਾਰ ਦੇ ਕਾਰਨ ਬੰਦ ਸੀ, ਤੇ ਤੁਸੀਂ ਸੋਚ ਰਹੇ ਸੀ ਕਿ ਮੈਂ ਹਵਾ 'ਚ ਉੱਡਦਾ ਹੋਇਆ ਤੁਹਾਨੂੰ ਦੇਖ ਪਾਵਾਂਗਾ, ਤੇ ਹਵਾ ਵਿੱਚ ਤਾਂ ਸਿਰਫ ਪੰਛੀ ਉੱਡਦੇ ਆ ਨਾ। ਇਹ ਸਾਖੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਜਿਹੜੇ ਬੰਦੇ ਘਮੰਡ ਕਰਦੇ ਆ ਨਾ, ਉਹ ਕਦੀ ਵੀ ਰੱਬ ਨੂੰ ਨਹੀਂ ਪਾ ਸਕਦੇ। ਇਸ ਲਈ ਜੇ ਰੱਬ ਨੂੰ ਪਾਉਣਾ ਹੈ ਤੇ ਉਹਦੇ ਦਰਸ਼ਨ ਕਰਨਾ ਚਾਹੁੰਦੇ ਹੋ, ਉਹਨੂੰ ਮਿਲਣਾ ਚਾਹੁੰਦੇ ਹੋ, ਤੇ ਅਹੰਕਾਰ ਨੂੰ ਤੋੜੋ। ਤੂੰ ਜੇ ਅਹੰਕਾਰ ਰਹੇਗਾ ਤੇ ਸਾਡੀਆਂ ਅੱਖਾਂ ਵੀ ਬੰਦ ਹੀ ਰਹਿਣਗੀਆਂ, ਸਾਨੂੰ ਸਾਹਮਣੇ ਆਉਂਦੇ ਹੋਏ ਵੀ ਪਰਮਾਤਮਾ ਦੇ ਦਰਸ਼ਨ ਨਹੀਂ ਹੋਣਗੇ। ਤੁਹਾਨੂੰ ਇਹ ਜਾਣਕਾਰੀ ਕਿਸੇ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ, ਜੇ ਚੰਗੀ ਲੱਗੀ ਹੈ ਤਾਂ ਇਹਨੂੰ ਹੋਰ ਲੋਕਾਂ ਨਾਲ ਵੀ ਸਾਂਝਾ ਕਰੋ।